ਗਈ ਬਹੋੜ ਬੰਦੀ ਸ਼ੋੜ ਨਰਨ ਕਾਰ ਦੁਖਦਾਰੀ ਕਰਮ ਨਾ ਜਾਣਾ ਸ਼ਰਮ ਨਾ ਜਾਣਾ ਲੋਭੀ ਮਾਇਆ ਲੋਭੀ ਮਾਇਆ ਤਾਰੀ ਨਾਮ ਪਰਿਓ ਨਾ ਪਰਿਓ ਪਗਤ गोविंद ਕਾ ਇਹ ਰੱਖੋ ਤੇ ਜਤੁਮਾਰੀ ਹਰ ਜਿਓ ਨਿਮਾਣਿਆ ਤੂੰ ਮਾ ਮਾਣ ਤੂੰ ਮਾਣ ਨੀਤੀ ਦੀ ਆਤੀ ਜ ਕਰੇ ਮੇਰਾ ਗੋਵਿੰਦ ਤੇਰੀ ਤੇਰੀ ਕੁਦਰਤ ਕੋ ਕੁਰਬਾਨ ਤੇਰੀ ਕੁਦਰਤ ਕੋ ਕੁਰਬਾਨ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਤਲਵੰਡੀ ਖਮੂਨ ਵਿਖੇ ਭਾਈ ਜੋਧਵੀਰ ਸਿੰਘ ਜੀ ਸਰੰਦਾਬਾਦ ਕ ਭਾਈ ਰਵਿੰਦਰ ਸਿੰਘ ਜੀ ਕਥਾਵਾਚਕ ਤੇ ਭਾਈ ਗੁਰਵਰਤਾਸ ਸਿੰਘ ਜੀ ਪਖਰਪੁਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕਰਕੇ ਬੰਦੀ ਛੋੜਦੇ ਉਸ ਮੌਕੇ ਕੁਝ ਪੰਛੀਆਂ ਨੂੰ ਆਜ਼ਾਦ ਕਰਨ ਦਾ ਫੈਸਲਾ ਲਿਆ ਗਿਆ ਅਤੇ ਬਹੁਤ ਹੀ ਵਧੀਆ ਉਦਦਮ ਕੀਤਾ ਗਿਆ ਹੈ ਇਨ੍ਹਾਂ ਵੀਰਾਂ ਵੱਲੋਂ ਮਿਲ ਕੇ ਉੱਥੇ ਨਾਲ ਦੀ ਨਾਲ ਪੰਛੀ ਇੱਕ ਬਹੁਤ ਵਧੀਆ ਸਨੇਹਾ ਦੇ ਕੇ ਗਏ ਆ ਸਾਨੂੰ ਆ ਦੇਖੋ ਪਿੰਜਰੇ ਖੋਲ ਦਿੱਤੇ ਗਏ ਨੇ ਆਜ਼ਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੰਛੀ ਆਜ਼ਾਦ ਹੋਣ ਨੂੰ ਤਿਆਰ ਹੀ ਨਹੀਂ ਆ ਇਹ ਸੁਨੇਹਾ ਦੇ ਕੇ ਗਏ ਆ ਕਿ ਜਿਨ੍ਹਾਂ ਦੇ ਖੂਨ ਵਿੱਚ ਗੁਲਾਮੀ ਹੋ ਜੇ ਜਿਨ੍ਹਾਂ ਨੂੰ ਗੁਲਾਮ ਰਹਿਣ ਦੀ ਆਦਤ ਪੈ ਜੇ ਉਹਨਾਂ ਨੂੰ ਆਜ਼ਾਦ ਕਰਾਉਣਾ ਬਹੁਤ ਔਖਾ ਹੋ ਜਾਂਦਾ ਅੱਜ ਸਾਨੂੰ ਇਨ੍ਹਾਂ ਪੰਛੀਆਂ ਕੋਲੋਂ ਕੁਝ ਸਿੱਖਣ ਦੀ ਲੋੜ ਹੈ ਤੁਹਾਨੂੰ ਆਜ਼ਾਦ ਹਵਾ ਆਜ਼ਾਦ ਫਿਜ਼ਾ ਦਿੱਤੀ ਹੈ ਤੁਹਾਨੂੰ ਉੱਡਣ ਵਾਸਤੇ ਮਹਾਰਾਜ ਨੇ ਖੰਭ ਦਿੱਤੇ ਨੇ ਪਰ ਫਿਰ ਵੀ ਇਹ ਪੰਛੀ ਆਜ਼ਾਦ ਨਹੀਂ ਹੋਣਾ ਚਾਹੁੰਦੇ ਇਹ ਸਾਡੀ ਤਰਾਸ ਦੀ ਆ ਸਮੇ ਦੀ ਸਾਨੂੰ ਇਨਾ ਚੀਜ਼ਾਂ ਵਿੱਚੋਂ ਨਿਕਲਣਾ ਪਵੇਗਾ ਅਤੇ ਆਜ਼ਾਦੀ ਦਾ ਨਿਗ ਮਾਨਣ ਵਾਸਤੇ ਸਾਨੂੰ ਇਹਨਾਂ ਪਿੰਜਰਿਆਂ ਨੂੰ ਤੋੜਨਾ ਪਵੇਗਾ ਆਓ ਸਾਰੇ ਜਣੇ ਨਾਲ ਮਿਲ ਕੇ ਇਹਨਾਂ ਪਿੰਜਰਿਆਂ ਨੂੰ ਤੋੜੀਏ ਅਤੇ ਆਜ਼ਾਦੀ ਦਾ ਨਿਗ ਮਾਨਣ ਵਾਸਤੇ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ